ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਲਿਖਿਆ ਗੁਰੂ ਸਾਹਿਬ ਦੇ 8-8 ਵਿਆਹ ਉਸ ਗ੍ਰੰਥ ਵਿੱਚ ਲਿਖਿਆ। ਗੁਰੂ ਸਾਹਿਬ ਨੇ ਸਰਾਧ ਕਰਾਏ ਆਪਣੇ ਪਿਤਾ ਦਾ। ਗੁਰਬਾਣੀ ਸਰਾਧਾਂ ਨੂੰ ਮੰਨਦੀ ਨਹੀਂ, ਉਹਦੇ ਵਿੱਚ ਲਿਖਿਆ। ਗੁਰੂ ਸਾਹਿਬ ਗੁਰਬਾਣੀ ਤੀਰਥਾਂ ਨੂੰ ਨਹੀਂ ਮੰਨਦੀ, ਪਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਕਿ ਗੁਰੂ ਸਾਹਿਬ ਤੀਰਥਾਂ 'ਤੇ ਜਾਂਦੇ ਰਹੇ, ਤੀਰਥ ਨਹਾਉਂਦੇ ਰਹੇ। ਸੂਰਜ ਪ੍ਰਕਾਸ਼ ਵਿੱਚ ਝੂਠ ਬੋਲਦੇ ਆ, ਮੇਰੀ ਗੱਲ ਨਾ ਮੰਨੋ, ਨਾ ਜਨਾਲੇ ਦੀ ਮੰਨੋ। ਸੂਰਜ ਪ੍ਰਕਾਸ਼ ਮੁੱਲ ਖਰੀਦ ਕੇ ਲਿਆ ਕੇ ਘਰੇ ਪੜ੍ਹ ਲਓ, ਆਪੇ ਪਤਾ ਲੱਗ ਜੂ ਗੱਪ ਕਹਾਣੀਆਂ ਕੀ ਨੇ। ਤੁਸੀਂ ਇੱਕ ਕੱਲ੍ਹ ਜਿਹੜੀ ਤੁਹਾਡੀ ਇੱਕ ਵੀਡੀਓ ਹੋਰ ਸੀ, ਤੁਸੀਂ ਕਿਹਾ ਸੀ ਜਿਹੜੇ ਕਿ ਚਾਈਨਾ ਦੇ ਵਿੱਚ ਜਿਹੜਾ ਇੱਕ ਜਿਹੜੀ ਆਪਤ ਆਈ ਹੋਈ ਆ, ਉਸ ਨੂੰ ਬਾਅਦ ਕਿਹਾ ਕਿ ਜਿਹੜੇ ਬਾਬਾ ਗੱਲ ਕਰਦੇ ਨੇ ਜਾਂ ਬ੍ਰਹਮ ਗਿਆਨੀ ਗੱਲ ਕਰਦੇ ਨੇ ਹੱਥ ਰੱਖਣ ਦੀ ਗੱਲ ਕਰੀ ਜਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਦੇ, ਉਹਨਾਂ ਨੇ ਕਿਹਾ ਕਿ ਟੱਡਰੀਆਂ ਵਾਲੇ ਉੱਥੋਂ ਮਰੀਜ਼ ਲੈ ਕੇ ਆਉਣ, ਅਸੀਂ ਇੱਕ ਸਰੋਵਰਾਂ ਦੇ ਵਿੱਚ ਨਹਾਵਾਂਗੇ, ਅਸੀਂ ਉਹਨੂੰ ਠੀਕ ਕਰਕੇ ਭੇਜਾਂਗੇ। ਉਹ ਤਰਕ ਦਿੰਦੇ ਨੇ ਕਿ ਤੁਸੀਂ ਗਲਤ ਜਿਹੜਾ ਪ੍ਰਚਾਰ ਕਰ। ਨਹੀਂ, ਇਹਨਾਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਵੀ ਲੋਕਾਂ ਨੂੰ ਗੁੰਮਰਾਹ ਨਾ ਕਰੋ। ਬਾਬੇ ਤੁਹਾਡੇ ਜਿਹੜੇ ਲੋਕਾਂ ਦੇ ਸਿਰ 'ਤੇ ਹੱਥ ਰੱਖ ਕੇ ਲੋਕਾਂ ਨੂੰ ਠੀਕ ਕਰਦੇ ਨੇ, ਅਤੇ ਜਿਹੜੀ ਇਹੋ ਜਿਹੀ ਪ੍ਰੋਬਲਮ ਆਉਂਦੀ ਇਹਦੇ ਉੱਤੇ ਖੁੱਲ੍ਹੇਆਮ ਲੋਕਾਂ ਨੂੰ ਇਹਨਾਂ ਨੂੰ ਮੀਡੀਆ ਵਿੱਚ ਦੇਣਾ ਚਾਹੀਦਾ। ਮੈਂ ਕਿਉਂ ਲੈ ਕੇ ਆਵਾਂ? ਕਹਿੰਦੇ ਇਹ ਨੇ ਨਾ ਵੀਰ ਜੀ, ਇਹ ਸੁਣੋ ਮੇਰੀ ਸੁਣੋ, ਇਹ ਕਹਿੰਦੇ ਨੇ ਵੀ ਇੱਥੇ ਇੱਦਾਂ ਅਸੀਂ ਬੰਦੇ ਠੀਕ ਕਰਦੇ ਹਾਂ। ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਖੁੱਲ੍ਹੇ ਤੌਰ ਦੇ ਉੱਤੇ ਤੁਸੀਂ ਐਲਾਨ ਕਰੋ ਵੀ ਜੇ ਕਿਸੇ ਨੂੰ ਬਿਮਾਰੀ ਹੈ ਇੱਥੇ ਆ ਕੇ ਇਸ਼ਨਾਨ ਕਰਕੇ ਬੰਦਾ ਠੀਕ ਹੋ ਜਾਂਦਾ। ਤੁਹਾਡੇ ਬ੍ਰਹਮ ਗਿਆਨੀ ਜਿਹੜੇ ਲੋਕਾਂ ਦੇ ਸਿਰ 'ਤੇ ਹੱਥ ਰੱਖ ਕੇ ਲੋਕਾਂ ਨੂੰ ਠੀਕ ਕਰਦੇ ਨੇ, ਉਹ ਹੁਣ ਚਾਈਨਾ 'ਚ ਜਾ ਕੇ ਉਹਨਾਂ ਦੇ ਸਿਰ 'ਤੇ ਹੱਥ ਰੱਖਣ, ਉਹਨਾਂ ਨੂੰ ਠੀਕ ਕਰਨ, ਉਹਨਾਂ ਦਾ ਬ੍ਰਹਮ ਗਿਆਨ ਗਰੀਬ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਨਿਰਮਲ ਬਾਬਾ ਗੁੰਮਰਾਹ ਨਹੀਂ ਕਰਦਾ। ਤੂੰ ਪਕੌੜੇ ਖਾਇਆ ਕਰ, ਤੂੰ ਗੋਲ ਗੱਪੇ ਖਾਇਆ ਕਰ, ਤੂੰ ਠੀਕ ਹੋ ਜਾਏਗਾ। ਜੇ ਅਸੀਂ ਉਹਦੇ ਪਖੰਡ ਨੂੰ ਪਖੰਡ ਕਹਿੰਦੇ ਹਾਂ ਤਾਂ ਜਦੋਂ ਅਸੀਂ ਲੋਕਾਂ ਨੂੰ ਠੀਕ ਕਰਾਂਗੇ ਸਾਡਾ ਪਖੰਡ ਪਖੰਡ ਨਹੀਂ। ਜੇ ਨਿਰਮਲ ਬਾਬਾ ਗਲਤ ਹੈ ਤਾਂ ਅਸੀਂ ਗਲਤ ਨਹੀਂ। ਜੇ ਸਰਸੇ ਵਾਲੇ 'ਤੇ ਅਸੀਂ ਇਲਜ਼ਾਮ ਲਾਉਂਦੇ ਹਾਂ ਵੀ ਸਰਸੇ ਵਾਲੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਅਸੀਂ ਵੀ ਤਾਂ ਗੁੰਮਰਾਹ ਕਰ ਰਹੇ ਹਾਂ। ਸਾਨੂੰ ਫਰਜ਼ ਬਣਦਾ, ਜਿਹੜਾ ਗੁਰਮਤ ਦਾ ਲੌਜਿਕ ਹੈ, ਪ੍ਰੈਕਟੀਕਲ ਸੋਚ ਹੈ, ਗੁਰਬਾਣੀ ਦੀ ਤਰਕ ਹੈ, ਉਹ ਲੋਕਾਂ ਦੇ ਦਿਮਾਗ ਵਿੱਚ ਪਾੜੀਏ, ਉਹ ਸਮਝਾਈਏ। ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਸ਼ਰਧਾ ਬੱਝੀ ਰਹੇ, ਪਿਆਰ ਬੱਝਿਆ ਰਹੇ, ਤਾਂ ਜੋ ਲੋਕ ਗੁਰਬਾਣੀ 'ਤੇ ਕਿੰਤੂ ਪਰੰਤੂ ਲਾਸਟ ਦੇ ਵਿੱਚ ਆਪਾਂ ਜਿਵੇਂ ਜਿਹੜਾ ਕਿ ਨਿਹੰਗ ਸਿੰਘਾਂ ਵੱਲੋਂ ਜਿਹੜੀ ਵੀਡੀਓ ਤੁਹਾਨੂੰ ਵਾਇਰਲ ਕੀਤੀ ਗਈ ਸੀ, ਸੋਧਾ ਲਾਉਣ ਦੀ ਗੱਲ ਕੀਤੀ ਗਈ, ਉਹਨਾਂ ਤੋਂ ਅਜਨਾਲਾ ਨੇ ਸਾਫ਼ ਕਿਨਾਰਾ ਕੀਤਾ ਕਿ ਉਹ ਜਿਵੇਂ ਕਿ ਤੁਸੀਂ ਕਿਹਾ ਸੀ ਕਿ ਅਜਨਾਲਾ ਗਰੁੱਪ ਵੱਲੋਂ ਇੱਕ ਨਿਹੰਗ ਸਿੰਘਾਂ ਨੂੰ ਅੱਗੇ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸਾਡਾ ਉਸਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸਿੰਘ ਦੇ ਮਨ ਦੇ ਵਿੱਚ ਦੁੱਖ ਆਇਆ ਹੋਏਗਾ, ਤਾਂ ਉਹ ਉਸਨੇ ਇਸ ਤਰ੍ਹਾਂ ਦੀ ਗੱਲ ਕੀਤੀ। ਨਹੀਂ, ਇਹ ਆਪ ਜਗ੍ਹਾ ਜਗ੍ਹਾ ਸੋਧੇ ਲਾਉਂਦੇ ਰਹੇ ਹੈ, ਆਪ ਇਹ ਬੰਦੇ ਕੁੱਟਦੇ ਨਹੀਂ, ਇਹਨਾਂ ਦੀਆਂ ਵੀਡੀਓ ਆਉਂਦੀਆਂ ਨਹੀਂ ਹੈਗੀਆਂ, ਇਹ ਧੱਕਾ ਕਰਦੇ ਨਹੀਂ। ਹੁਣ ਜਿਹੜੀ ਆਡੀਓ ਕਹਿ ਰਹੇ ਨੇ ਵੀ ਪ੍ਰਸ਼ਾਸਨ ਤੋਂ ਬਿਨਾਂ ਅਸੀਂ ਚੋਰੀ ਜਾਵਾਂਗੇ ਅਤੇ ਜਾ ਕੇ ਅਸੀਂ ਜੋਗੇ ਦੀਵਾਨਾਂ ਦੇ ਵਿੱਚ ਗੁਪਤ ਜਾਣਾ, ਪੁਲਿਸ ਨੂੰ ਆਪਾਂ ਦੱਸਣਾ ਨਹੀਂ, ਫਿਰ ਇਹਦਾ ਮਤਲਬ ਕੀ ਹੈ? ਕਰਨ ਕੀ ਆਉਣਾ ਜੀ? ਉਹਨਾਂ ਨੇ ਉੱਥੇ ਵਿਚਾਰ ਕਰਨ ਆਉਣਾ ਏਡੇ ਵੱਡੇ ਇਕੱਠ ਦੇ ਵਿੱਚ? ਕੀ ਕਰਨ ਵਾਸਤੇ ਆਉਣਾ? ਇਹ ਝੂਠ ਬੋਲਦੇ ਹੈ, ਇੱਕ ਰੂਪ ਇਹਨਾਂ ਦਾ। ਮੈਂ ਦੇਖੋ ਜਿੱਦਾਂ ਸਟੇਜ 'ਤੇ ਬੋਲ ਕੇ ਆ ਉੱਦਾਂ ਹੀ ਇੱਥੇ ਬੋਲਦਾ, ਮੇਰਾ ਇੱਦਾਂ ਦਾ ਰੂਪ ਨਹੀਂ। ਦਾਸ ਆਪ ਜੀ ਨੂੰ ਬੇਨਤੀ ਕਰਨੀ, ਰੂਪ ਹੀ ਬਦਲ ਲੈਂਦੇ ਨੇ ਯਾਰ, ਸ਼ਬਦ ਬਦਲ ਲੈਂਦੇ ਨੇ। ਜਦੋਂ ਧਮਕੀ ਦਿੰਦੇ ਨੇ ਉਦੋਂ ਬੋਲੀ ਹੋਰ ਹੁੰਦੀ ਹੈ, ਜਦੋਂ ਮੀਡੀਆ 'ਚ ਗੱਲ ਕਰਨੀ ਹੈ ਉਦੋਂ ਦਾਸ ਗਰੀਬ ਬਣ ਜਾਂਦੇ ਨੇ। ਮੈਂ ਇੱਦਾਂ ਦਾ ਨਹੀਂ ਹੈਗਾ, ਜਿਹੋ ਜਿਹਾ ਹੈਗਾ ਉੱਥੇ ਆ ਉਹੋ ਜਿਹੀ ਤੁਹਾਡੇ। ਬਾਬਾ ਜੀ, ਕਦੇ ਤੁਸੀਂ ਇਹ ਕਿਹਾ ਵੀ ਗੁਰੂ ਦਰਬਾਰ ਸਾਹਿਬ ਇੱਕ ਆਮ ਬਿਲਡਿੰਗ ਆ, ਸਰੋਵਰ ਮੇਰੀ ਅੱਜ ਤੱਕ ਕੋਈ ਸਟੇਟਮੈਂਟ ਦਿਖਾਓ, ਉਹਨਾਂ ਨੇ ਅਜੇ ਮੇਰੀ ਸਟੇਟਮੈਂਟ ਦਿਖਾਓ ਜਿੱਥੇ ਮੈਂ ਇਹ ਕਿਹਾ ਹੋਵੇ। ਦੇਖੋ, ਬਾਹਰ ਅਮਰੀਕਾ 'ਚ ਇੱਕ ਜਗ੍ਹਾ ਦੀਵਾਨ ਸੀ, ਨਵਾਂ ਦਰਬਾਰ ਬਣਿਆ ਸੀ, ਲੋਕ ਝੂਮਰਾਂ ਵੱਲ ਵੇਖਦੇ ਸੀ, ਮੈਂ ਕਿਹਾ ਬਿਲਡਿੰਗਾਂ ਨੂੰ ਵੇਖ ਕੇ ਨਾ ਮੁੜ ਜਿਓ, ਗੁਰਬਾਣੀ ਨਾਲ ਜੁੜਿਓ। ਉਹਦੇ ਤਾਂ ਇਹਨਾਂ ਨੇ ਇਸ਼ੂ ਬਣਾਇਆ, ਪਾਣੀ ਲੈ ਕੇ ਆਉਂਦੇ ਹੋ, ਬਾਣੀ ਵੀ ਲੈ ਕੇ ਆਇਆ ਕਰੋ। ਮੇਰੀ ਸਟੇਟਮੈਂਟ ਅੱਜ ਤੱਕ ਇਹ, ਇਦੋਂ ਵੱਧ ਜੇ ਕਿਤੇ ਆਈ ਹੈ ਤਾਂ। ਭਾਈ ਰਣਜੀਤ ਸਿੰਘ ਦਾ ਜਿਹੜਾ ਸਮਾਗਮ ਸੀ ਦੂਜੇ ਦਿਨ ਵੀ ਇਸੇ ਤਰ੍ਹਾਂ ਜਾਰੀ ਰਿਹਾ, ਉਹਨਾਂ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਲਗਾਤਾਰ ਪ੍ਰਚਾਰ ਕਰਦੇ ਰਹਿਣਗੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਅਤੇ ਇਸੇ ਬਿਆਨ ਦੇ ਉੱਤੇ ਹੀ ਭਾਈ ਅਮਰੀਕ ਸਿੰਘ ਅਜਨਾਲਾ ਦਾ ਵੀ ਵੱਡਾ ਬਿਆਨ ਸਾਹਮਣੇ ਆ। ਉਹਨਾਂ ਦਾ ਕਹਿਣਾ ਕਿ ਸਰਕਾਰ ਟੱਡਰੀਆਂ ਵਾਲੇ ਦੇ ਬਿਆਨਾਂ ਨੂੰ ਦੀਵਾਨਾਂ ਨੂੰ ਕਰੇ ਬੈਨ। ਵੱਡਾ ਬਿਆਨ ਸਾਹਮਣੇ ਆਇਆ, ਅਮਰੀਕ ਸਿੰਘ ਅਜਨਾਲਾ ਦਾ ਬਿਆਨ ਆਇਆ, ਟੱਡਰੀਆਂ ਵਾਲੇ ਬਦਲਣ ਆਪਣੀ ਵਿਚਾਰਧਾਰਾ। ਅਮਰੀਕ ਸਿੰਘ ਅਜਨਾਲਾ ਨੇ ਪਲਟਵਾਰ ਕੀਤਾ। ਭਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਨੇ ਕਿਹਾ ਸੀ ਕਿ ਮੈਂ ਇਸੇ ਤਰ੍ਹਾਂ ਪ੍ਰਚਾਰ ਕਰਦਾ ਰਹਾਂਗਾ, ਮੈਨੂੰ ਰੋਕਿਆ ਨਹੀਂ ਜਾ ਸਕਦਾ। ਜਿਸ ਤੋਂ ਪਲਟਵਾਰ ਕਰਦਿਆਂ ਹੋਇਆ ਅਮਰੀਕ ਸਿੰਘ ਅਜਨਾਲਾ ਨੇ ਬਿਆਨ ਦਿੱਤਾ ਕਿ ਰਣਜੀਤ ਸਿੰਘ ਟੱਡਰੀਆਂ ਵਾਲਾ ਆਪਣੀ ਵਿਚਾਰਧਾਰਾ ਨੂੰ ਬਦਲੇ। ਵੇਖੋ, ਜਾਤੀ ਤੌਰ 'ਤੇ ਸਾਡਾ ਰਣਜੀਤ ਸਿੰਘ ਟੱਡਰੀਆਂ ਵਾਲੇ ਨਾਲ ਕੋਈ ਵਿਰੋਧ ਨਹੀਂ। ਜਿਹੜਾ ਕਹਿੰਦਾ ਨਾ ਕਿ ਮਾਝੇ ਦੀ ਧਰਤੀ 'ਤੇ ਰੋਕਾਂ, ਮੈਂ ਇਕੱਲੇ ਨਹੀਂ ਰੋਕਿਆ, ਸਿੱਖ ਸੰਗਤਾਂ ਨੇ ਰੋਕਿਆ। ਜੇਕਰ ਉੱਥੇ ਰੋਕਿਆ ਸਿੱਖ ਸੰਗਤਾਂ ਨੇ ਅਤੇ ਕਿਸੇ ਵਿਵਾਦਿਤ ਮੁੱਦੇ ਨੂੰ ਲੈ ਕਰਕੇ ਰੋਕਿਆ। ਰਣਜੀਤ ਸਿੰਘ ਟੱਡਰੀਆਂ ਵਾਲਾ ਕਹਿੰਦਾ ਕਿ ਹਰਿਮੰਦਰ ਸਾਹਿਬ ਆਮ ਬਿਲਡਿੰਗ ਆ, ਗੁਰਮੁਖੋ ਆਮ ਬਿਲਡਿੰਗ ਨਹੀਂ, ਅੰਮ੍ਰਿਤ ਸਰੋਵਰ ਨੂੰ ਕਹਿੰਦਾ ਕਿ ਆਮ ਪਾਣੀ ਆ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ 'ਤੇ ਕਿੰਤੂ ਕਰਦਾ, ਜਿਹੜਾ ਸਿੱਖ ਪਰੰਪਰਾ ਕਿ ਨਾਮ ਜਪਣਾ ਨਾਮ 'ਤੇ ਕਿੰਤੂ ਕਰਦਾ, ਇਸ ਕਰਕੇ ਉਹ ਵਿਵਾਦਿਤ ਗੱਲਾਂ ਕਰਦਾ ਇਤਿਹਾਸ 'ਤੇ, ਇਤਿਹਾਸਕ ਸਥਾਨਾਂ 'ਤੇ ਸਦਾ ਉਹ ਕਿੰਤੂ ਕਰਦਾ ਰਹਿੰਦਾ। ਇਸ ਕਰਕੇ ਮੈਂ ਇਕੱਲਾ ਨਹੀਂ, ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ 'ਤੇ ਇਤਰਾਜ
ਜਦੋਂ ਕੈਨੇਡਾ ਵਿੱਚ ਜਾਂਦਾ ਉੱਥੇ ਸਿੱਖ ਸੰਗਤਾਂ ਵਿਰੋਧ ਕਰਦੀਆਂ, ਉੱਥੇ ਭਾਈ ਅਮਰੀਕ ਸਿੰਘ ਤਾਂ ਨਹੀਂ ਜਾਂਦਾ। ਇਸੇ ਤਰ੍ਹਾਂ ਅਮੈਰੀਕਾ ਦੀ ਧਰਤੀ 'ਤੇ ਜਾਂਦਾ, ਅਮੈਰੀਕਾ ਦੀਆਂ ਸਿੱਖ ਸੰਗਤਾਂ ਵਿਰੋਧ ਕਰਦੀਆਂ, ਉੱਥੇ ਭਾਈ ਅਮਰੀਕ ਸਿੰਘ ਤਾਂ ਨਹੀਂ ਜਾਂਦਾ। ਮੇਰੇ ਕੋਲ ਤਾਂ ਪਾਸਪੋਰਟ ਹੀ ਹੈ ਨਹੀਂ, ਮੈਂ ਕਦੇ ਵਿਦੇਸ਼ ਫੋਰਨ ਵਿੱਚ ਗਿਆ ਹੀ ਨਹੀਂ। ਫਿਰ ਜੇਕਰ ਉਹ ਕਹਿੰਦਾ ਕਿ ਸਾਡਾ ਮਾਲਵਾ, ਗੁਰਮੁਖੋ ਨਾ ਤਾਂ ਸਾਡਾ ਨਾ ਤੁਹਾਡਾ, ਇਹ ਧਰਤੀ ਜਿਹੜੀ ਆ ਪਰਮੇਸ਼ਰ ਦੀ ਬਣਾਈ ਹੋਈ ਆ, ਇਹ ਗੁਰੂ ਸਾਹਿਬ ਦੀ ਧਰਤੀ ਆ, ਨਾ ਤਾਂ ਤੇਰੀ ਆ ਨਾ ਮੇਰੀ ਆ। ਜਿੱਥੇ ਵੀ ਤੁਸੀਂ ਦੀਵਾਨ ਲਾਓਗੇ, ਅਸੀਂ ਪਹਿਲਾਂ ਮਾਝੇ ਵਿੱਚ ਵੀ ਵਿਰੋਧ ਕੀਤਾ, ਤੇਰੇ ਨਾਲ ਸਾਡਾ ਕੋਈ ਜਾਤੀ ਤੌਰ 'ਤੇ ਵਿਰੋਧ ਨਹੀਂ, ਇਹ ਤਾਂ ਵਿਚਾਰਾਂ ਦੀ ਲੜਾਈ ਆ। ਤੇਰੇ ਵਿਚਾਰ ਜਿਹੜੇ ਆ ਉਹ ਪੰਥਕ ਰਵਾਇਤਾਂ ਅਨੁਸਾਰ ਨਹੀਂ, ਗੁਰਬਾਣੀ ਦੇ ਅਨੁਕੂਲ ਨਹੀਂ, ਤੂੰ ਕਿੰਤੂ ਕਰਦਾ। ਤੇਰੇ ਨਾਲ ਪਹਿਲਾਂ ਮਾਝੇ 'ਤੇ ਇਸੇ ਤਰ੍ਹਾਂ ਹੋਇਆ, ਇਸੇ ਤਰ੍ਹਾਂ ਮਾਲਵੇ 'ਤੇ ਹੋਏਗਾ। ਜੇਕਰ ਜਿੰਨਾ ਚਿਰ ਤੇਰੇ ਦੀਵਾਨਾਂ 'ਤੇ ਸਰਕਾਰ ਵੱਲੋਂ ਪਾਬੰਦੀ ਨਾ ਲਈ ਜਾਂ ਤੂੰ ਆਪਣੇ ਵਿਚਾਰਾਂ ਦੇ ਵਿੱਚ ਸੁਧਾਰ ਨਾ ਲਿਆਂਦਾ, ਅਸੀਂ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਤੇਰਾ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਜਿਸ ਤਰ੍ਹਾਂ ਕਿ ਤੇਰੇ ਦੀਵਾਨ ਜੋਗਾ ਰਾਲਾ ਪਿੰਡ ਦੇ ਵਿੱਚ 8, 9 ਅਤੇ 10 ਤਰੀਕ ਨੂੰ ਆ, ਅਸੀਂ ਇਸੇ ਤਰ੍ਹਾਂ ਜੋਗਾ ਰਾਲਾ ਪਿੰਡ ਦੇ ਵਿੱਚ ਜਾ ਕੇ ਵੀ ਇਸੇ ਤਰ੍ਹਾਂ ਤੇਰਾ ਵਿਰੋਧ, ਤੇਰੀ ਵਿਚਾਰਾਂ ਦੀ ਲੜਾਈ ਆ, ਨਾ ਕਿ ਤੇਰਾ ਡੇਰੇ ਦਾ ਕੋਈ ਜ਼ਮੀਨ ਦਾ ਕੋਈ ਝਗੜਾ, ਸਾਡੇ ਨਾਲ ਕੋਈ ਝਗੜਾ ਨਹੀਂ ਵਿਚਾਰਾਂ ਦੀ। ਤੁਸੀਂ ਵਿਰੋਧ ਕਰ ਰਹੇ ਸੀ, ਉਹ ਕਹਿੰਦੇ ਹੁਣ ਉਹਨਾਂ ਨੇ ਇੱਕ ਨਵਾਂ ਜਿਹੜਾ ਪੈਂਤੜਾ ਖੇਲਿਆ ਹੈਗਾ, ਉਹ ਨਿਹੰਗ ਸਿੰਘਾਂ ਨੂੰ ਉਹਨਾਂ ਨੇ ਅੱਗੇ ਕਰ ਦਿੱਤਾ ਗਿਆ, ਕਿਉਂਕਿ ਜਿਹੜੀ ਨਿਹੰਗ ਸਿੰਘ ਵੱਲੋਂ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨੂੰ ਸੋਧਾ ਲਾਉਣ ਦੀ ਗੱਲ ਕੀਤੀ ਗਈ, ਉਹ ਕਹਿ ਰਹੇ ਸਰੇਆਮ ਗੁੰਡਾ ਕਰਦੀ ਹੈ ਅਜਨਾਲਾ ਜੀ ਨੇ, ਜਿਹੜਾ ਕਿ ਇਹ ਉਹਨਾਂ ਨੂੰ ਅੱਗੇ ਕਰਕੇ ਹੁਣ ਉਹਨਾਂ ਨੂੰ ਉਹਨਾਂ ਦੇ ਪਿੱਛੇ ਲਾ ਦਿੱਤਾ। ਇਹਦੇ ਬਾਰੇ ਕੋਈ ਸਬੂਤ ਦੇਵੇ ਕਿ ਮੈਂ ਉਹਨਾਂ ਨੂੰ ਸੱਦ ਕੇ ਲਿਆਇਆ, ਕਿਉਂਕਿ ਉਹ ਸਿੱਖੀ ਸਰੂਪ ਦੇ ਵਿੱਚ ਆ, ਉਹਨਾਂ ਦੇ ਆਪਣੇ ਨਿੱਜੀ ਵਿਚਾਰ ਆ, ਜਾਂ ਤੋਂ ਦੱਸੇ ਨਾ ਮੈਂ ਉਹਨਾਂ ਨੂੰ ਬੋਲ ਕੇ ਕਿਹਾ, ਜਾਂ ਮੈਂ ਉਹਨਾਂ ਨੂੰ ਸ਼ਹਿ ਦਿੱਤੀ ਆ, ਉਹ ਵੀ ਸਿੱਖ ਪੰਥ ਦਾ ਇੱਕ ਅੰਗ ਆ। ਨਿਹੰਗ ਸਿੰਘ ਬਾਣੇ ਦੇ ਵਿੱਚ ਆ, ਨਿਹੰਗ ਸਿੰਘ ਜਥੇਬੰਦੀਆਂ ਉਹ ਰੰਗਰੇਟਾਂ ਦਾ ਲਿਆ, ਜੇਕਰ ਤੈਨੂੰ ਉਹਨਾਂ 'ਤੇ ਇੱਕ ਉਤਰਾਜ਼ ਆ, ਉਹਨਾਂ ਦੇ ਡੇਰੇ ਜਾ ਕੇ ਜਿੱਥੇ ਵੱਖ ਵੱਖ ਥਾਵਾਂ 'ਤੇ ਉਹ ਆਪਣਾ ਪੜਾ ਲਾਉਂਦੇ ਆ, ਉਹਨਾਂ ਨਾਲ ਜਾ ਕਰਕੇ ਤੂੰ ਵਿਚਾਰ ਕਰ ਸਕਦਾ ਕਿ ਮੇਰੇ 'ਤੇ ਤੁਸੀਂ ਮੈਨੂੰ ਧਮਕੀ ਕਿਉਂ ਦਿੱਤੀ ਆ। ਮੈਂ ਉਹਨਾਂ ਨੂੰ ਕੋਈ ਧਮਕੀ ਨਹੀਂ ਦਿੱਤੀ, ਨਾ ਮੈਂ ਕਦੀ ਕਿਸੇ ਨੂੰ ਕਿਹਾ। ਜੋ ਮੈਂ ਕਰਦਾ, ਜੋ ਮੈਂ ਬੋਲਦਾ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਬਲਬੂਤੇ 'ਤੇ ਬੋਲੀਦਾ, ਕਿਸੇ ਦੇ ਇਸ਼ਾਰੇ 'ਤੇ ਨਾ ਤਾਂ ਕਦੇ ਵਾਸਤੇ ਟਕਸਾਲ ਦੇ ਸਿੰਘ ਬੋਲੇ ਸੀ, ਨਾ ਆਉਣ ਵਾਲੇ ਸਮੇਂ ਵਿੱਚ ਬੋਲਣਗੇ। ਜੇਕਰ ਅਸੀਂ ਬੋਲਦੇ ਹਾਂ ਗੁਰੂ ਵਾਸਤੇ ਬੋਲਦੇ ਹਾਂ, ਜੇਕਰ ਬੋਲਦੇ ਹਾਂ ਅਸੀਂ ਪੰਥ ਵਾਸਤੇ ਬੋਲਦੇ ਹਾਂ, ਸਾਡਾ ਕੋਈ ਨਿੱਜੀ ਝਗੜਾ ਨਹੀਂ, ਸਾਡਾ ਕੋਈ ਨਿੱਜੀ ਸਿਧਾਂਤ ਨਹੀਂ, ਸਾਡਾ ਕੋਈ ਨਿੱਜੀ ਝਗੜਾ ਨਹੀਂ। ਇਹ ਤਾਂ ਵਿਚਾਰਾਂ ਦੀ, ਤੇਰੇ ਵਿਚਾਰ ਸਹੀ ਨਹੀਂ, ਇਸ ਕਰਕੇ ਤੇਰਾ ਸਾਡੇ ਨਾਲ ਮਤ। ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਰ ਨੂੰ ਲੈ ਕੇ ਸੰਗਰੂਰ ਦੇ ਵਿੱਚ ਮਾਹੌਲ ਜਿਹੜਾ ਤਣਾਅਪੂਰਨ ਬੜਾ ਹੋਇਆ ਸੀ, ਜਿੱਥੇ ਇੱਕ ਪਾਸੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਦੀਵਾਰ ਰੋਕਣ ਦੇ ਲਈ ਪੂਰੀ ਵਾਲ ਲਗਾ ਦਿੱਤੀ ਗਈ, ਉੱਥੇ ਹੀ ਦੂਜੇ ਪਾਸੇ ਭਾਈ ਸਾਹਿਬ ਵੀ ਦੀਵਾਰ ਲਗਾਉਣ 'ਤੇ ਅੜੇ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਸੀ ਕਿ ਇਹ ਤਾਂ ਹੁਣ ਹਰ ਪਾਸੇ ਪਹੁੰਚ ਜਾਂਦੇ ਨੇ ਅਤੇ ਮੈਂ ਹਰ ਵਾਰ ਚੁੱਪ ਨਹੀਂ ਰਹਿ ਸਕਦਾ। ਆਖਿਰਕਾਰ ਦੂਜੇ ਦਿਨ ਦਾ ਦੀਵਾਰ ਕਿਵੇਂ ਸਮਾਪਤ ਹੋਇਆ, ਵੇਖੋ ਇੱਕ ਖਾਸ ਰਿਪੋਰਟ। ਅੱਜ ਝੂਠ ਦਾ ਪਤਾ ਜਿਹੜਾ ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਥ ਦੀ ਕਚਹਿਰੀ ਵਿੱਚ ਪਤਾ ਲੱਗਦਾ ਵੀ ਸੱਚ ਕੀ ਆ ਝੂਠ ਕੀ ਆ। ਮੈਂ ਆਪਣੇ ਤੌਰ 'ਤੇ ਕਹੀ ਜਾਊਂਗਾ ਸੱਚਾ, ਢੱਡਰੀਆਂ ਵਾਲਾ ਆਪਣੇ ਤੌਰ 'ਤੇ ਕਹੀ ਜਾਊ ਸੱਚਾ, ਪਰ ਇਸ ਤਰ੍ਹਾਂ ਸੱਚ ਝੂਠ ਜਿਹੜਾ ਨਾ ਉਹ ਨਿਖਰ ਕੇ ਸਾਹਮਣੇ ਨਹੀਂ ਆਉਂਦਾ। ਇਹ ਲੋਕ ਕਚਹਿਰੀ ਵਿੱਚ, ਪੰਥ ਦੀ ਕਚਹਿਰੀ ਵਿੱਚ ਜਦੋਂ ਆਵਾਂਗੇ ਨਾ ਉਦੋਂ ਪਤਾ ਲੱਗੇ ਸੱਚ ਕੀ। ਉਹਨਾਂ ਨੇ ਤੁਹਾਨੂੰ ਕਿਹਾ ਵੀ ਕਿ ਅਗਰ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਦੇ ਲਈ ਤਾਂ ਸਿੱਖ ਜਥੇਬੰਦੀ ਜਾਂ ਲੋਕ ਜਾਂ ਤੁਸੀਂ ਆਉਂਦੇ ਹੋ ਤਾਂ ਉਹਨਾਂ ਦਾ ਵੈਲਕਮ ਆ, ਵੀ ਅਗਰ ਹੁਕਮ ਜਾਇਆ ਜਾਏਗਾ ਤਾਂ ਹੁਕਮ ਧੱਕੇ ਨਾਲ ਜਾਣੀ ਕਿ ਥੋਪਿਆ ਜਾਏਗਾ, ਫਿਰ ਉਹ ਗੱਲ ਕਰਨ ਲਈ ਤਿਆਰ ਨਹੀਂ ਹੈਗੇ। ਹੁਕਮ ਨਾ ਤਾਂ ਪਹਿਲਾਂ ਕੀਤਾ ਸੀ, ਨਾ ਕਰਦੇ ਹਾਂ ਅਤੇ ਨਾ ਹੁਣ ਆਉਣ ਵਾਲੇ ਸਮੇਂ ਵਿੱਚ ਕਰਾਂਗਾ। ਹੁਕਮ ਜਿਹੜਾ ਅਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਾ, ਇਨਸਾਨ ਦਾ ਜਥੇਬੰਦੀ ਦਾ ਕੋਈ ਹੁਕਮ ਨਹੀਂ ਗਾ। ਇਹਦੇ ਮਨ ਵਿੱਚ ਇੱਕ ਸ਼ੰਕਾ ਹੈ, ਨਾ ਤਾਂ ਹੁਕਮ ਕੀਤਾ ਸੀ, ਨਾ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ, ਇਹੋ ਜਿਹੀ ਅਸੀਂ ਮਨ ਦੀ ਭਾਵਨਾ ਬਣਾ ਕਰਕੇ ਜਾਣੂ ਤਿਆਰ ਹਾਂ। ਅਮਰੀਕ ਸਿੰਘ ਜੀ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਗ੍ਰੰਥ ਸਾਹਿਬ ਦੀ ਗੱਲ ਕਰਦੇ, ਉਹ ਕਹਿੰਦੇ ਵੀ ਜਿਹੜਾ ਗ੍ਰੰਥ ਸਾਹਿਬ ਆ ਉਹਦੇ ਬਿਲਕੁਲ ਨਾਲ ਲੱਗਦਾ। ਉਹਨਾਂ ਨੇ ਜਿਹੜਾ ਦੂਸਰਾ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਦੀ ਗੱਲ ਕਰਦੇ ਸੀ, ਉਹ ਕਹਿੰਦੇ ਅਸੀਂ, ਮੈਂ ਇਸ ਲਈ ਸੱਚ ਬੋਲ ਰਿਹਾ ਕਿਉਂਕਿ ਤੁਹਾਡੇ ਪਿਤਾ ਨੂੰ ਅਗਰ ਕਹਿ ਦਿੱਤਾ ਜਾਵੇ ਕਿ ਉਸਦੀਆਂ 8 ਸਾਦੀਆਂ ਹੋ ਚੁੱਕੀਆਂ ਨੇ, ਮੈਂ ਕਿਵੇਂ ਜਰ ਲਵਾਂ? ਠੀਕ ਹੈ, ਉਸ ਨੂੰ ਭੰਗੀ ਕਿਹਾ ਜਾਂਦਾ, ਨਸ਼ੇ ਦੀ ਗੱਲ ਹੋ ਰਹੀ ਹੈ, ਇਹ ਕਿੰਨੀ ਕੁ ਸੱਚਾਈਆਂ ਨੇ ਇਹ ਗੱਲਾਂ ਦੇ ਵਿੱਚ? ਤੁਸੀਂ ਦੇਖੋ ਜਿਹੜਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆ, ਇਹ ਸਾਰੀਆਂ ਸੰਪਰਦਾਵਾਂ ਨੂੰ ਮੰਨਦੀਆਂ, ਉਹ ਪੰਥ ਪ੍ਰਮਾਣਿਤ ਆ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਮਾਨਤਾ ਦਿੱਤੀ ਗਈ ਆ, 5 ਤਖਤਾਂ 'ਤੇ, ਇਤਿਹਾਸਕ ਸਥਾਨਾਂ 'ਤੇ। ਬਾਕੀ ਜਿਹੜੀਆਂ ਸਮੂਹ ਸੰਪਰਦਾਵਾਂ ਜਥੇਬੰਦੀਆਂ ਉਹਨੂੰ ਮੰਨਦੀਆਂ ਅਤੇ ਉਹਦੀ ਕਥਾ ਜਿਹੜੀਆਂ ਉਹ ਕਰਦੀਆਂ। ਇੱਕ ਬੰਦੇ ਦੇ ਕਿੰਤੂ ਕਰਨ ਦੇ ਨਾਲ ਉਹਨੂੰ ਆਪਾਂ ਖੰਡਨ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਸੰਪੂਰਨ ਤੌਰ 'ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਦਸਮ ਪਾਤਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਇਤਿਹਾਸ ਆ, ਉਹ ਸਾਨੂੰ ਮਿਲਦਾ ਹੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆ। ਇਹਦੇ ਇਕੱਲੇ ਦੇ ਕਹਿਣ ਦੇ ਨਾਲ ਖੰਡਨ ਨਹੀਂ ਕੀਤਾ ਸਕਦਾ, ਮੈਂ ਇਕੱਲਾ ਜਾ ਕਿੰਤੂ ਕਰੂੰਗਾ, ਮੇਰੇ ਇਕੱਲੇ ਦੀ ਗੱਲ ਕੋਈ ਨਹੀਂ ਮੰਨੀ ਜਾਂਦੀ। ਜੇਕਰ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ
ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਿਆ ਤੇ ਤੁਸੀਂ ਉਹਨਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ, ਕਿਉਂ ਨਹੀਂ ਵਿਚਾਰ ਕਰਨ ਤੋਂ ਭੱਜੇ? ਕਿਉਂ ਉਹ ਮੈਂ ਤਾਂ ਨਹੀਂ ਭੱਜਿਆ, ਉਹ ਜੇਕਰ ਵਿਚਾਰ ਕਰਨ ਤੋਂ ਭੱਜਿਆ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਭੱਜਿਆ, ਮੈਂ ਨਹੀਂ ਭੱਜਿਆ। ਬਿਲਕੁਲ, ਕਿਉਂਕਿ ਅੱਜ ਜਿਹੜਾ ਸਮਾਂ ਦਿੱਤਾ ਗਿਆ ਸੀ ਰਣਜੀਤ ਸਿੰਘ ਢੱਡਰੀਆਂ ਵੱਲੋਂ, ਅੱਜ ਵੀ ਅਕਾਲ ਤਖ਼ਤ ਦੇ ਪੇਸ਼ ਨੇ, ਫਿਲਹਾਲ ਅਕਾਲ ਤਖ਼ਤ ਵੱਲੋਂ 1 ਮਹੀਨੇ ਦਾ ਸਮਾਂ, ਜਿਹੜੀ ਮੋਹਲਤ ਹੈ ਉਹਨਾਂ ਨੂੰ ਹੋਰ ਦੇ ਦਿੱਤੀ ਗਈ ਹੈ, ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਕਿ ਵੀ ਹੁਣ ਅਗਰ ਫਿਰ ਵੀ ਉਹ ਪੇਸ਼ ਨਹੀਂ ਹੁੰਦੇ ਅਕਾਲ ਤਖ਼ਤ 'ਤੇ ਨਹੀਂ ਜਾਂਦੇ, ਜਿਵੇਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਤੁਸੀਂ ਉਹਦਾ ਵਿਰੋਧ ਅੱਗੇ ਵੀ ਜਿਹੜੇ ਦੀਵਾਨ ਹੋਣਗੇ ਉੱਥੇ ਜਾਰੀ ਰੱਖੋਗੇ? ਦੇਖੋ, ਜੇਕਰ ਮੈਂ ਸਟੇਜ 'ਤੇ ਕੋਈ ਕਿੰਤੂ ਕੀਤਾ, ਕੋਈ ਗੱਲ ਕੀਤੀ ਆ, ਉਸ ਗੱਲ ਦਾ ਮੇਰੇ ਕਹੇ ਹੋਏ ਵਿਚਾਰ ਦਾ ਜਿਹੜਾ ਜਵਾਬ ਹੈ ਨਾ, ਮੇਰੇ ਕੋਲੋਂ ਲੈਣਾ, ਕੋਈ ਵੀ ਪੁੱਛ ਸਕਦਾ, ਕੋਈ ਸੰਪਰਦਾ ਪੁੱਛ ਸਕਦੀ ਆ, ਕੋਈ ਸ਼ਰਧਾਲੂ ਸਿੱਖ ਪੁੱਛ ਸਕਦਾ, ਉਹਦਾ ਜਵਾਬ ਦੇ ਮੈਂ ਆ, ਨਾ ਕਿ ਮੇਰੇ ਨਾਲ ਰਹਿਣ ਵਾਲੇ ਸਿੰਘ ਆ। ਜੇਕਰ ਮੈਂ ਕੋਈ ਸਵਾਲ ਕੀਤਾ, ਮੈਂ ਕੋਈ ਕਿੰਤੂ ਕੀਤਾ, ਉਹਦਾ ਜਵਾਬ ਦੇਣਾ ਮੇਰਾ ਫਰਜ਼ ਬਣਦਾ। ਜੇਕਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੋਈ ਵਿਵਾਦਿਤ ਗੱਲ ਕੀਤੀ ਆ, ਉਹਨੂੰ ਜਵਾਬ ਦੇਣਾ ਪਵੇਗਾ। ਜਿੰਨਾ ਚਿਰ ਉਹਨੇ ਜਵਾਬ ਪੰਥ ਦੀ ਕਚਹਿਰੀ ਵਿੱਚ ਆ ਕਰਕੇ ਨਾ ਦਿੱਤਾ, ਉਹਦੀ ਬੰਦ ਖਲਾ ਸੀ, ਉਹਦਾ ਛੁਟਕਾਰਾ ਨਹੀਂ ਹੋਣਾ, ਜਵਾਬ ਜ਼ਰੂਰ ਦੇਣਾ ਪਵੇਗਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਇਸ ਦੀਵਾਨ ਨੂੰ ਲੈ ਕੇ ਸੰਗਰੂਰ ਦੇ ਵਿੱਚ ਜਿੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ, ਉੱਥੇ ਹੀ ਸੰਗਤਾਂ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਈਆਂ। ਦੂਜੇ ਪਾਸੇ ਵਿਵਾਦ ਦੂਜੇ ਦਿਨ ਵੀ ਜਾਰੀ ਰਿਹਾ, ਅਤੇ ਜੇਕਰ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ, ਬੀਤੇ ਦਿਨ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ, ਨਿਹੰਗ ਸਿੰਘਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸ ਤਰ੍ਹਾਂ ਪੂਰੇ ਇਲਾਕੇ ਨੂੰ ਛੌੜੀ ਦੇ ਵਿੱਚ ਤਬਦੀਲ ਕੀਤਾ ਗਿਆ, ਇਹ ਤਸਵੀਰਾਂ ਖਾਸ ਤੁਹਾਨੂੰ ਦਿਖਾਉਂਦੇ ਹਾਂ। ਗਡਿਆਣੀ ਦੇ ਵਿੱਚ ਜੀ ਸਾਰੇ ਪ੍ਰਸ਼ਾਸਨ ਨੇ ਬੜਾ ਵੱਡਾ ਸਾਥ ਦਿੱਤਾ ਹੈ ਔਰ ਉਤਸ਼ਾਹ ਦੇ ਨਾਲ ਸਾਰਾ ਪ੍ਰੋਗਰਾਮ ਹੋਇਆ, ਬਹੁਤ ਧੰਨਵਾਦ ਹੈ ਸਾਰੇ ਪ੍ਰਸ਼ਾਸਨ ਦਾ। ਹਾਂਜੀ, ਵੇਖੋ, ਪ੍ਰਸ਼ਾਸਨ ਦਾ ਫਰਜ਼ ਹੈ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਰੋਕਣ ਵਾਲੇ ਜਿਹੜੇ ਨੇ ਉਹ ਬਾਹਰਲੇ, ਜਿਵੇਂ ਹੁਣ ਭਾਈ ਅਮਰੀਕ ਸਿੰਘ ਅਜਨਾਲਾ ਆਏ ਹੈ, ਉਹਨਾਂ ਨੇ ਅੱਗੇ ਅੰਮ੍ਰਿਤਸਰ ਕਿਹਾ ਤਾਂ ਆਪਾਂ ਅੰਮ੍ਰਿਤਸਰ ਪ੍ਰੋਗਰਾਮ, ਮੈਨੂੰ ਪ੍ਰਸ਼ਾਸਨ ਨੇ ਕਿਹਾ ਕਿ ਭਾਈ ਸਾਹਿਬ ਉਹ ਤਾਂ ਕਮਲੇ ਹੈ ਜੀ, ਗੁੰਡੇ ਬੰਦੇ ਹੈ, ਧੱਕਾ ਕਰਦੇ ਹੈ, ਤੁਸੀਂ ਰੁਕ ਜਾਓ, ਆਪਾਂ ਰੁਕ ਜੇ। ਦੂਜੀ ਵਾਰੀ ਮੈਨੂੰ ਇਹਨਾਂ ਨੇ ਕਿਹਾ ਤਰਨ ਤਾਰਨ ਸਾਹਿਬ, ਕਹਿੰਦੇ ਤੁਸੀਂ ਰੁਕ ਜਾਓ, ਆਪਾਂ ਰੁਕ ਜੇ। ਆਪਾਂ ਫਿਰ ਰੱਖਿਆ ਪ੍ਰੋਗਰਾਮ ਗੁਰਦਾਸਪੁਰ, ਉੱਥੇ ਵੀ ਰੁਕ ਜੇ। ਹੁਣ ਇਹ ਹੁੰਦਾ ਕਿ ਇਹਨਾਂ ਨੂੰ ਇਹ ਲੱਗਦਾ ਵੀ ਇਹਦੇ ਨਾਲ ਪ੍ਰੋਗਰਾਮ ਬਾਰ ਬਾਰ ਬੰਦ ਕਰਾ ਰਹੇ ਹੈ, ਬਾਰ ਬਾਰ ਧੱਕਾ ਕਰਦੇ ਹੈ, ਅਤੇ ਹੁਣ ਇਹ ਕਰਾਂਗੇ ਆਪਾਂ ਤਾਂ ਥਾਂ ਥਾਂ 'ਤੇ ਚਲੇ ਜਾਣਗੇ। 15 ਬੰਦੇ ਹੁੰਦੇ ਹੈ, ਦੂਸਰੇ ਪਾਸੇ 15,000 ਸੰਗਤ ਸੁਣਨ ਵਾਸਤੇ ਵੀ ਹੁੰਦੇ ਹੈ। ਹਾਂਜੀ, ਸੋ ਇਹਨਾਂ ਦੀ ਗਲਤ ਗੱਲ ਹੈ, ਪ੍ਰਸ਼ਾਸਨ ਦਾ ਫਰਜ਼। ਤਾਂ ਦੇਖੋ ਜੀ, ਅੱਜ ਮੈਂ ਧਮਕੀ ਦਊਂਗਾ ਵੀ ਢੱਡਰੀਆਂ ਵਾਲਾ ਟਕਸਾਲ ਨੂੰ ਧਮਕੀ ਦੇ ਰਿਹਾ ਵੀ ਮੈਂ ਤੁਹਾਨੂੰ ਕਤਲ ਕਰ ਦੂੰ, ਮੈਂ ਮਾਰ ਦੇਣਾ, ਅਸੀਂ ਐਂ ਕਰ ਦਿਆਂਗੇ, ਤਾਂ ਪ੍ਰਸ਼ਾਸਨ ਨੇ ਸਿਕਿਉਰਿਟੀ ਇਹਨਾਂ ਨੂੰ ਵੀ ਦੇਣੀ ਹੈ। ਪ੍ਰਸ਼ਾਸਨ ਦਾ ਫਰਜ਼ ਬਣਦਾ ਕਿਤੇ ਵੀ ਕਿਸੇ ਨਾਲ ਵੀ ਧੱਕਾ ਹੁੰਦਾ, ਚਾਹੇ ਉਹ ਆਮ ਨਾਗਰਿਕ ਹੈ, ਚਾਹੇ ਕੋਈ ਖਾਸ ਹੈ, ਬਣਦਾ ਪ੍ਰਬੰਧ ਪ੍ਰਸ਼ਾਸਨ ਨੇ ਕਰਨਾ ਹੁੰਦਾ ਜਿਹੜਾ ਇਹਨਾਂ ਨੇ ਸਾਡੇ ਵੱਲ। ਸੰਗਰੂਰ ਦੇ ਵਿੱਚ ਚੱਲ ਰਹੇ ਇਸ ਸਮਾਗਮ ਦਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ, ਨਿਹੰਗ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਅਤੇ ਦੂਜੇ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੂਜੀ ਵਾਰ ਵੀ ਸ਼੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਨੇ ਭਾਈ ਸਾਹਿਬ ਨੂੰ 1 ਮਹੀਨੇ ਦਾ ਹੋਰ ਸਮਾਂ ਦਿੱਤਾ ਅਤੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ, ਨਹੀਂ ਤਾਂ ਵੱਡੀ ਕਾਰਵਾਈ ਹੋ ਸਕਦੀ ਹੈ। ਇਹਨੇ ਵਿੱਚ ਹੀ ਜਿਹੜੇ ਸਮਾਗਮ ਨੇ ਦੂਜੇ ਦਿਨ ਵੀ ਸਪੰਨ ਹੋ ਗਏ, ਕਿਉਂਕਿ ਸਿੰਘ ਸਾਹਿਬ ਜੀ ਹੋਰਾਂ ਨੇ 5 ਮੈਂਬਰੀ ਕਮੇਟੀ ਨਿਸ਼ਚਿਤ ਕੀਤੀ। ਉਹਦਾ ਕਾਰਨ ਇਹ ਸੀਗਾ ਕਿ ਸਮੁੱਚੇ ਵਰਤਾਰੇ ਨੂੰ ਸਮਝਿਆ ਜਾਵੇ ਔਰ ਜੋ ਅਸਲੀਅਤ ਉਹਨੂੰ ਸਾਹਮਣੇ ਲਿਆਂਦਾ ਜਾਵੇ। ਤਾਂ 5 ਮੈਂਬਰੀ ਕਮੇਟੀ, ਕਿਉਂਕਿ ਇਸੇ ਲਈ ਭਾਈ ਸਾਹਿਬ ਹੋਰਾਂ ਨੂੰ 2 ਵਾਰੀ ਸੱਦਾ ਦਿੱਤਾ ਗਿਆ ਪਟਿਆਲਾ ਵਿਖੇ ਵੀ, ਵੀ ਆਪਾਂ ਤੁਸੀਂ ਆਓ, ਜਿਹੜੀ ਮਿਤੀ ਤੁਸੀਂ ਕਹਿੰਦੇ ਉਸ ਅਨੁਸਾਰ ਆਪਾਂ ਗੱਲ ਕਰ ਸਕਦੇ ਹਾਂ। ਤਾਂ ਅਸੀਂ ਅੱਜ ਵੀ ਪਿਆਰ ਨਾਲ ਹੀ ਕਹਿੰਦੇ ਹਾਂ, ਕਿਉਂਕਿ ਸਾਡਾ ਕੋਈ ਜਾਤੀ ਵਿਰੋਧ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕ ਗੁਰੂ ਗ੍ਰੰਥ ਗੁਰੂ ਪੰਥ ਲਈ ਜੇ ਆਪਾਂ ਚੰਗਾ ਕਾਰਜ ਕਰ ਸਕਦੇ ਹਾਂ ਤਾਂ ਆਪਾਂ ਨੂੰ ਰਲ ਕੇ ਸੰਸਾਰ ਵਿੱਚ ਕਰਨਾ ਚਾਹੀਦਾ। ਔਰ ਜਿਹੜੇ ਬੇਲੋੜੇ ਮੁੱਦੇ ਉਛਾਲ ਕੇ ਆਪਾਂ ਗੁਰਮਤਿ ਸਾਹਿਤ ਜਾਂ ਗੁਰਬਾਣੀ, ਸਿੱਖ ਸਿਧਾਂਤ, ਮਰਿਆਦਾ, ਪਰੰਪਰਾਵਾਂ ਦੇ ਖਿਲਾਫ ਐਵੇਂ ਮਜ਼ਾਕੀਆ ਲਈ ਦੇ ਵਿੱਚ ਜੋ ਗੱਲ ਹੁੰਦੀ ਹੈ, ਆਪਾਂ ਸਾਰੇ ਦੇਣਦਾਰ ਹਾਂ ਗੁਰੂ ਦੇ। ਕਈ ਵਾਰੀ ਕਿਸੇ ਦੀ ਸਮਝ ਕਿਸੇ ਸ਼ਬਦ ਪ੍ਰਤੀ ਘੱਟ ਹੁੰਦੀ ਆ, ਕਿਸੇ ਦੀ ਡੂੰਘੀ ਹੁੰਦੀ ਹੈ। ਬੜੇ ਬੜੇ ਕੌਮ ਵਿੱਚ ਵਿਦਵਾਨ ਹੋਏ ਨੇ, ਐਸੀ ਗੱਲ ਨਹੀਂ ਆ, ਬੜੇ ਬੜੇ ਕਰਨੀ ਵਾਲੇ ਹੋਏ ਨੇ, ਬੜੇ ਡੂੰਘੇ ਹੋਏ ਨੇ, ਉਹਨਾਂ ਨੇ ਵੀ ਬਹੁਤ ਕਾਰਜ ਕੀਤਾ। ਉਹਨਾਂ ਨੂੰ ਪੜ੍ਹੀਏ ਸੁਣੀਏ ਤਾਂ ਕਿ ਸਾਡਾ ਆਪਣਾ ਮਿਆਰ ਵੀ ਉੱਚਾ ਹੋਵੇ। ਤਾਂ ਆਹ ਜਿਹੜੇ ਵਿਵਾਦਿਤ ਜੇ ਮੁੱਦੇ ਬੇਲੋੜੇ ਨੇ, ਇਹਨਾਂ ਵਿੱਚ ਕੋਈ ਦਮ ਤਾਂ ਨਹੀਂ ਹੈ, ਪਰ ਆਮ ਸੰਗਤ ਗੁੰਮਰਾਹ ਜ਼ਰੂਰ ਹੁੰਦੀ ਹੈ। ਇਸ ਕਰਕੇ ਸਾਡਾ ਇਹ ਸੀ ਵੀ ਬੈਠੀਏ, ਸਾਡੇ ਵੀ ਸ਼ੰਕਿਆਂ ਦੇ ਉੱਤਰ ਦਿਓ, ਤੁਹਾਡੇ ਸ਼ੰਕਿਆਂ ਦੇ ਉੱਤਰ ਅਸੀਂ ਦੇਵਾਂਗੇ। ਇਹ ਸੰਵਾਦ ਦੀ ਵਿਧੀ ਹੈ, ਕੋਈ ਜੰਗ ਦੀ ਵਿਧੀ ਨਹੀਂ ਹੈ। ਔਰ ਬਹੁਤ ਅਸੀਂ ਸਤਿਕਾਰਤ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ, ਅੱਜ ਵੀ ਅਸੀਂ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ, ਕਿਉਂਕਿ ਸਾਡੀ ਮਨਸ਼ਾ ਕੋਈ ਇਸ ਤਰ੍ਹਾਂ ਦੀ ਨਹੀਂ ਹੈ।
ਵੀ ਕਿਸੇ ਨੂੰ ਠੇਸ ਪਹੁੰਚਾਈ ਜਾਵੇ ਜਾਂ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ।